ਜਲੰਧਰ ਪੱਛਮੀ ਦੀ ਬਾਈ ਇਲੈਕਸ਼ਨ ਹੋ ਰਹੀ ਹੈ, ਉਹਦੇ ਸੰਬੰਧ ਵਿੱਚ ਸਾਰੇ ਵਰਕਰ ਇਕੱਠੇ ਹੋਏ ਹੈ ਔਰ ਸਾਰੇ ਲੀਡਰ ਸਾਹਿਬਾਨ ਵੀ ਆਪਣੀ ਸਾਰੀ ਵਿਉਂਤਬੰਦੀ ਕਰ ਰਹੇ ਸੀ ਵੀ ਕਿਹੜੇ ਕਿਹੜੀਆਂ ਵਾਰਡਾਂ ਦੇ ਵਿੱਚ ਕਿਹੜੇ ਕਿਹੜੇ ਆਪਣੀ ਡਿਊਟੀ ਕਰਨੀ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਭੈਣ ਸੁਰਜੀਤ ਕੌਰ ਦਾ ਧੰਨਵਾਦ ਕਰਦੀ ਹਾਂ, ਪੂਰੇ ਪਰਿਵਾਰ ਦਾ, ਬੇਟੇ ਦਾ ਵੀ, ਦੀਪ ਸਿੰਘ ਜੀ ਦਾ ਵੀ, ਸਾਡੇ ਬਜ਼ੁਰਗਾਂ ਦਾ ਵੀ ਜਿਹੜੇ ਨਾਲ ਤੁਰੇ ਫਿਰਦੇ ਆ, ਸਰਦਾਰ ਪੂਰਨ ਸਿੰਘ ਜੀ ਵਰਗੇ, ਜਿਨ੍ਹਾਂ ਨੇ ਪਾਰਟੀ ਦੇ ਪ੍ਰਧਾਨ ਵੱਲੋਂ ਜਵਾਬ ਦੇਣ ਦੇ ਬਾਅਦ ਵੀ ਜਾਂ ਉਹਨੇ ਜਿਹੜਾ ਬੜੀ ਜੱਦੋਜਹਿਦ ਕੀਤੀ ਕਿ ਇਸ ਤੱਕੜੀ ਦੇ ਚੋਣ ਨਿਸ਼ਾਨ ਨੂੰ ਰੱਦ ਕਰਾਇਆ ਜਾਵੇ, ਪਰ ਇਹਨਾਂ ਨੇ ਆਪਣੀ ਦ੍ਰਿੜਤਾ ਰੱਖੀ ਔਰ ਲੋਕਾਂ 'ਤੇ ਵਿਸ਼ਵਾਸ ਰੱਖਿਆ, ਪ੍ਰਭੂ ਦਾ ਆਸਰਾ ਲੈ ਕੇ ਤੁਰ ਪਏ ਕਿ ਜੋ ਵੀ ਹੋਏਗਾ ਅਸੀਂ ਚੋਣ ਲੜਨੀ, ਕਿਉਂਕਿ ਅਸੀਂ ਚੋਣ ਨਿਸ਼ਾਨ ਤੱਕੜੀ ਨੂੰ ਆਂਚ ਨਹੀਂ ਆਉਣ ਦੇਣਾ, ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਮਰਨ ਨਹੀਂ ਦੇਣਾ। ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ, ਉਹਨਾਂ ਨੇ ਇਹ ਨਹੀਂ ਸੋਚਿਆ ਕਿ ਤੁਸੀਂ ਸਾਨੂੰ ਬਹੁਤ ਮਿਹਨਤ ਕਰਨ ਵਾਸਤੇ ਕਿਹਾ ਸੀਗਾ, ਸਾਨੂੰ ਹੁਕਮ ਲਾਇਆ ਸੀਗਾ ਕਿ ਤੁਸੀਂ ਕੈਂਡੀਡੇਟ ਲੱਭੋ, ਅਸੀਂ ਯਤਨ ਕੀਤੇ, 5-7 ਕੈਂਡੀਡੇਟ ਸਾਹਮਣੇ ਆਏ, ਬਕਾਇਦਾ ਸਾਰੇ ਲੀਡਰਾਂ ਨੇ ਬੈਠ ਕੇ ਜਿਹਦੀ ਡਿਊਟੀ ਲੱਗੀ ਸੀ ਸਾਰੇ, ਭਾਵੇਂ ਉਹ ਬਡਾਲਾ ਸਾਹਿਬ ਸਨ, ਭਾਵੇਂ ਉਹ ਆਪਣੇ KP ਸਾਹਿਬ ਸਨ, ਡਾਕਟਰ ਸੁੱਖੀ ਸਨ, ਅਸੀਂ ਤਾਂ ਜ਼ਿਲ੍ਹੇ ਦੀ ਸ਼ਹਿਰੀ ਜਥੇਬੰਦੀ ਸਾਰੀ ਸੀ ਅਤੇ ਨਾਲ ਸਰਕਲਾਂ ਦੇ ਜਿਹੜੇ ਇੰਚਾਰਜ ਸਨ, ਉਹਨਾਂ ਨਾਲ ਸਲਾਹ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਜਿਹੜਾ ਸਭ ਤੋਂ ਮਿਹਨਤੀ, ਸਭ ਤੋਂ ਕੁਰਬਾਨੀ ਕਰਨ ਵਾਲਾ ਔਰ ਸਭ ਤੋਂ ਸੰਸੀਅਰ ਅਤੇ ਡੈਡੀਕੇਟਡ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸੀ ਜਥੇਦਾਰ ਪ੍ਰੀਤਮ ਸਿੰਘ ਜੀ, ਉਹਦੇ ਪਰਿਵਾਰ ਬੀਬੀ ਸੁਰਜੀਤ ਕੌਰ ਨੂੰ ਇਹਦੇ ਕੈਂਡੀਡੇਟ ਬਣਾਇਆ ਜਾਵੇ ਔਰ ਸਰਬਸੰਮਤੀ ਨਾਲ ਬਣਾਇਆ, ਇਹ ਨਹੀਂ ਕਿ ਕਿਸੇ ਦੇ ਇੱਕ ਦੇ ਕਹਿਣ ਦੇ ਉੱਤੇ ਬਣਾਇਆ। ਬਾਦਲ ਸਾਹਿਬ ਨੂੰ ਸਮੇਂ ਦੇ ਨਾਲ ਅਸੀਂ ਦੱਸਦੇ ਰਹੇ ਔਰ ਬਾਦਲ ਸਾਹਿਬ ਨੇ ਹਾਂ ਕੀਤੀ ਕਿ ਠੀਕ ਹੈ, ਉਹੀ ਤੁਹਾਨੂੰ ਸੂਟ ਕਰਦਾ ਅਤੇ ਉਹੀ ਤੁਸੀਂ ਬਣਾ ਲਓ। ਫਿਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਣਾ ਚੋਣ ਨਿਸ਼ਾਨ ਵਾਸਤੇ ਟਿਕਟ ਲੈ ਜਾਓ, ਅਸੀਂ ਬੰਦਾ ਭੇਜਿਆ, ਚੋਣ ਨਿਸ਼ਾਨ ਦੀ ਟਿਕਟ ਭੇਜੀ ਹੈ, 21 ਤਰੀਕ ਨੂੰ ਅਸੀਂ ਪੇਪਰ ਫਾਈਲ ਕੀਤੇ ਹੈ, 21 ਫਾਈਲ ਕਰਨ ਤੋਂ ਬਾਅਦ 24 ਤੱਕ ਸਾਰੀ ਜਿਹੜੀ ਸੀ ਕਿਰਿਆ ਉਹ ਪੂਰੀ ਹੋ ਗਈ, 25 ਤਰੀਕ ਨੂੰ ਸਾਰਾ ਸਮਾਪਤੀ ਹੋ ਗਿਆ। ਪਰ ਦੁੱਖ ਦੀ ਗੱਲ ਹੈ ਕਿ ਉਹ ਪਾਰਟੀ ਜਿਹੜੀ 104 ਸਾਲ ਪੁਰਾਣੀ ਹੋਵੇ, ਅੱਜ ਉਹ ਪਾਰਟੀ ਇੱਥੋਂ ਜੇ ਭੱਜਣ ਦੀ ਕੋਸ਼ਿਸ਼ ਕਰੇ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਇੱਥੇ ਇੰਨੇ ਸਾਰੇ ਸੈਂਟੀਮੈਂਟ ਜੁੜੇ ਹੈ ਕਿ ਸਾਡੇ ਧਾਰਮਿਕ ਤੌਰ ਦੇ ਉੱਤੇ ਜਥੇਬੰਦੀਆਂ ਸਾਰੀਆਂ, ਸਰਦਾਰ ਸੁਰਜੀਤ ਸਿੰਘ ਜੀ ਚੀਮਾ ਸਾਹਿਬ ਜਿਹੜੇ ਕਿ ਸਾਰੇ ਗੁਰਦੁਆਰੇ 'ਚ ਇਹਨਾਂ ਨੇ ਸਾਡੀ ਮੀਟਿੰਗ ਕਰਾਈ, ਮੇਰਾ ਖਿਆਲ ਹੈ ਕਿ ਕੋਈ ਸਿੱਖ ਨਹੀਂ ਸੀ ਜਿਹਨੇ ਸਾਨੂੰ ਜਵਾਬ ਦਿੱਤਾ ਹੋਵੇ, ਹਰ ਸਿੱਖ ਦੇ ਮਨ ਵਿੱਚ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣਾ, ਇਹ ਪਹਿਲਾਂ ਸੀ ਉਹਨਾਂ ਦੇ ਮਨ 'ਚ ਕਿ ਭਾਵੇਂ ਬਾਦਲ ਤੋਂ ਬਿਨਾਂ ਵੀ ਹੁੰਦਾ ਨਾ ਤਾਂ ਵੀ ਅਸੀਂ ਵੋਟ ਪਾਉਣੀ ਸੀ, ਪਰ ਅੱਜ ਉਹ ਸਾਰੀ ਜ਼ਿੰਮੇਵਾਰੀ ਸਮਝ ਰਹੇ ਹੈ ਕਿ ਜੇ ਇਹਨਾਂ ਨੇ ਮਜ਼ਾਕ ਉਡਾਇਆ ਆਪਣੀ ਪਾਰਟੀ ਦਾ, ਇਹਨਾਂ ਨੇ ਆਪਣੀ ਪ੍ਰਧਾਨਗੀ ਦੀ ਭੂਮਿਕਾ ਨੂੰ ਅੱਜ ਇੱਥੋਂ ਪਰੇ ਕਰ ਲਿਆ, ਤਾਂ ਅਸੀਂ ਚੋਣ ਲੜਾਂਗੇ ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੇ ਖਤਮ ਨਹੀਂ ਹੋਣ ਦੇਣਾ, ਉਹਦਾ ਨਾਂ ਨਿਸ਼ਾਨ ਉੱਚਾ ਕਰਾਂਗੇ, ਨੀਵਾਂ ਨਹੀਂ ਹੋਣ ਦੇਣਾ। ਸੋ ਮੈਂ ਸਮਝਦੀ ਹਾਂ ਕਿ ਸਰਦਾਰ ਸੁਰਜੀਤ ਸਿੰਘ ਜੀ ਚੀਮਾ ਸਾਹਿਬ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੈ, ਸ਼੍ਰੋਮਣੀ ਕਮੇਟੀ ਦੇ ਵਿੱਚ, ਇਹਨਾਂ ਦਾ 90 ਸਾਲ ਦੀ ਉਮਰ ਹੋ ਗਈ ਹੈ, ਇਹ ਦਿਨ ਰਾਤ ਇਹ ਕਰਕੇ ਫਿਰਨ ਰਹੇ, ਤੁਸੀਂ ਦੇਖੋ ਕਿ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਕਿੰਨੀ ਅਟੈਚਮੈਂਟ ਹੈ, ਕਿੰਨਾ ਉਹਨਾਂ ਦੇ ਮਨ ਦੇ ਉੱਤੇ ਅੱਜ ਚਾਹ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਜਿਤਾਈਏ, ਅਤੇ ਲੋਕ ਜਿਹੜੇ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਨੂੰ, ਪਰ ਪ੍ਰਧਾਨ ਸਾਹਿਬ ਹੀ ਨਹੀਂ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਨੂੰ, ਇਹ ਗਲਤੀਆਂ 'ਤੇ ਗਲਤੀਆਂ ਜਿਹੜੀਆਂ, ਇਸੇ ਕਰਕੇ ਲੋਕਾਂ ਦਾ ਦਿਲ ਟੁੱਟ ਰਿਹਾ। ਸਾਡੇ ਸਾਰੇ ਜਿਹੜੇ ਨੇਤਾ ਜਾਂ ਲੀਡਰ ਸਾਹਿਬ ਸਾਡੇ ਆ, ਉਹ ਸਾਰੇ ਇੱਥੇ ਆ ਰਹੇ ਆ, ਸਾਰੇ ਇਹਦੀ ਅਸੀਂ ਪੈਰਵੀ ਕਰਾਂਗੇ, ਵੋਟ ਕਿੰਨੀ ਪੈਂਦੀ ਹੈ ਕਿੰਨੀ ਨਹੀਂ ਪੈਂਦੀ ਉਹ ਪਰਮਾਤਮਾ ਦੇ ਹੱਥ 'ਚ ਹੈ, ਉਹ ਲੋਕਾਂ ਦੀ ਸੋਚ ਹੈ, ਲੋਕਾਂ ਨੇ ਵੋਟ ਪਾਉਣੀ ਹੈ, ਕਿਹਨੂੰ ਪਾਉਣੀ ਹੈ, ਕਿਉਂਕਿ ਵੋਟਰ ਨੂੰ ਅਸੀਂ ਮਜਬੂਰ ਨਹੀਂ ਕਰ ਸਕਦੇ, ਪਰ ਇਹ ਜ਼ਰੂਰ ਕਰਾਂਗੇ ਕਿ ਅੱਜ ਜਿਹੜਾ ਮਜ਼ਾਕ ਉੱਡਿਆ ਇੱਕ ਗਰੀਬ ਪਰਿਵਾਰ ਦਾ,
ਜਿਹਨੂੰ ਮੇਰੇ ਪਾਤਸ਼ਾਹ ਨੇ ਗੱਲ ਨਾਲ ਲਾਇਆ, ਜਿਹਨੇ ਕਿਹਾ ਇਨ ਗਰੀਬ ਸਿੱਖਣ ਕੇ ਮੇਰੀ ਤਾਕਤ ਜਿਹੜੀ ਹੈ, ਇਨ ਗਰੀਬ ਸਿੱਖਣ ਕੋ ਮੈਂ ਦੂ ਪਾਤਸ਼ਾਹ, ਇਹ ਉਹਨਾਂ ਦੀ ਬਖਸ਼ਿਸ਼ ਸੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੋ ਕਹਿ ਰਹੀ ਸੀ। ਮੈਂ ਸਮਝਦੀ ਹਾਂ ਕਿ ਜੇ ਅੱਜ ਕੋਈ ਅਮੀਰ ਖੜਾ ਹੋਇਆ ਹੁੰਦਾ, ਸਰਦਾਰ ਸੁਖਬੀਰ ਸਿੰਘ ਬਾਦਲ ਕਦੀ ਕਾਗਜ਼ ਵਾਪਸ ਨਾ ਲੈ ਸਕਦਾ। ਇੱਕ ਐਗਜ਼ਾਮਪਲ ਹੈ, ਸਾਡਾ ਬਲਟੋਆ ਸਾਹਿਬ ਲੜ ਰਹੇ ਸੀ ਚੋਣ ਤਰਨ ਤਰਨ ਤੋਂ, ਬਟੋਏ ਤੋਂ ਖਡੂਰ ਸਾਹਿਬ ਹਲਕੇ ਤੋਂ, ਸਾਰਾ ਪੰਜਾਬ ਜ਼ੋਰ ਲਾ ਕੇ ਬਹਿ ਗਿਆ ਕਿ ਵਾਪਸ ਕਰ ਲਓ। ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਕਿੱਦਾਂ ਵਾਪਸ ਕੀਤਾ ਜਾ ਸਕਦਾ। ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਇਹਨੂੰ ਬਿਠਾ ਦਿਓ, ਪੰਥਕ ਉਮੀਦਵਾਰ ਖੜ੍ਹੇ ਆ ਤਿੰਨ। ਚਲੋ ਅਸੀਂ ਵੀ ਕਹਿੰਦੇ ਸੀ ਪਾਰਟੀ ਦਾ ਉਮੀਦਵਾਰ ਨਹੀਂ ਬਹਿਣਾ ਚਾਹੀਦਾ, ਇੱਕ ਅਸੀਂ ਸੀ ਬਾਲ ਸਾਹਿਬ ਨੂੰ ਕਿਹਾ ਕਿ ਬਿਠਾਓ ਨਾ, ਪਰ ਉਹਨੂੰ ਚੋਣ ਲੜਨ ਦੀ ਜਿਹੜੀ ਇਜਾਜ਼ਤ ਦਿੱਤੀ ਹੈ ਉਹਦੇ ਖਿਲਾਫ ਨਾ ਬੋਲੋ, ਆਪਣੇ ਆਪ ਹੀ ਜਿਹਨੂੰ ਲੋਕਾਂ ਨੇ ਵੋਟ ਪਾਉਣੀ ਪਾਓ। ਪਰ ਉੱਥੇ ਤਾਂ ਕੈਂਡੀਡੇਟ ਵਾਪਸ ਨਹੀਂ ਲਿਆ, ਕਿਉਂਕਿ ਬਟੋਆ ਸਾਹਿਬ ਦੀ ਡਾਂਗ ਤਕੜੀ ਸੀ। ਬਟੋਆ ਸਾਹਿਬ ਦੇ ਸਿਆਸੀ ਤੌਰ ਦੇ ਉੱਤੇ ਉਹਦੇ ਕੋਲ ਵੱਡੀ ਮਾਇਆ ਹੋ ਸਕਦੀ ਹੈ, ਅਮੀਰੀ ਹੋ ਸਕਦੀ ਹੈ, ਉਦੋਂ ਤਾਂ ਨਹੀਂ ਇਹਨਾਂ ਨੇ ਕੀਤਾ। ਉਹਦੇ ਬਦਲੇ 'ਚ ਉਹਦੇ ਕਹਿਣ ਦੇ ਉੱਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕਹਿ ਲਓ, ਜਿਹੜਾ ਮੰਤਰੀ ਰਹੇ ਹੋਣ ਤਾਂ ਵੱਡਾ ਘਰਾਣੇ ਦਾ ਉਹ ਸ਼ਖਸੀਅਤ ਹੋਵੇ, ਸਰਦਾਰ ਪ੍ਰਤਾਪ ਸਿੰਘ ਜੀ ਕਹਿਰੋ ਵਰਗੇ ਇੱਥੇ ਮੁੱਖ ਮੰਤਰੀ ਰਹੇ ਹੋਣ, ਉਹਦਾ ਪਿਤਾ ਸੁਰਿੰਦਰ ਸਿੰਘ ਕਹਿਰੋ MP ਰਹੇ ਹੋਣ, ਔਰ ਉਹ ਆਪ ਕਿੰਨੀ ਵਾਰੀ ਮਿਨਿਸਟਰ ਬਣੇ ਹੈ, ਉਸ ਸ਼ਖਸੀਅਤ ਨੂੰ ਘਰ ਵਿੱਚ ਬਿਠਾਤਾ ਸਿਰਫ ਇਸ ਕਰਕੇ ਕਿ ਤੂੰ ਇਹ ਕਿਉਂ ਕਹਿੰਦੇ ਹੋ ਕਿ ਤੁਸੀਂ ਕੈਂਡੀਡੇਟ ਵਾਪਸ ਲਓ। ਜੇ ਉਹਨੇ ਕਹਿਤਾ ਸੀਗਾ ਨਹੀਂ ਬਿਠਾਇਆ, ਹੁਣ ਕਿਹਾ ਕਹਿੰਦੇ ਤੁਹਾਨੂੰ, ਕਿਹਾ ਕਹਿੰਦੇ ਹੈ ਤੁਹਾਨੂੰ? ਅੱਜ ਨਹੀਂ ਪਤਾ 104 ਸਾਲ ਦੀ ਪਾਰਟੀ ਪੁਰਾਣੀ ਹੈ ਔਰ ਸਭ ਤੋਂ ਵੱਡੀ ਪਾਰਟੀ ਹੈ। ਮੈਨੂੰ ਤਾਂ ਕੱਲ੍ਹ ਵੀ ਬੜਾ ਦੁੱਖ ਲੱਗਾ ਜਦੋਂ ਬੀਬਾ ਹਰਸਿਮਰਤ ਕਹਿ ਰਹੀ ਸੀ ਪਾਰਲੀਮੈਂਟ ਦੇ ਵਿੱਚ, ਛੋਟਾ ਜਿਹਾ ਪੰਜਾਬ, ਛੋਟੀ ਜਿਹੀ ਪਾਰਟੀ, ਕਿਉਂ? ਸਾਡਾ ਤਾਂ ਇਤਿਹਾਸ ਹੀ ਗੌਰਵਮਈ ਹੈ, ਇਹਦੇ ਅਣਖ ਅਤੇ ਗੈਰਤ ਵਿੱਚੋਂ ਨਿਕਲਿਆ ਹੋਇਆ ਇਤਿਹਾਸ ਹੈ, ਇਹ ਤਾਂ ਲਹੂ ਭਿੱਜਾ ਇਤਿਹਾਸ ਹੈ, ਇਹ ਤਾਂ ਸਾਡੇ ਬਜ਼ੁਰਗਾਂ ਦੇ ਸੀਨੇ ਦੀ ਮਿੱਝ ਦੀ ਖੁਰਾਕ ਖਾ ਕੇ ਪਲਿਆ ਹੋਇਆ ਸਾਡਾ ਸ਼੍ਰੋਮਣੀ ਅਕਾਲੀ ਦਲ ਹੈ। ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹ ਨਹੀਂ ਗਲੀਆਂ 'ਚ ਨਿਕਲਿਆ ਹੋਵੇ, ਇਹ ਨਹੀਂ ਕਿਸੇ ਚੌਂਕਾਂ ਵਿੱਚੋਂ ਕਿਸੇ ਜਿੱਦਾਂ ਕੇਜਰੀਵਾਲ ਨੇ ਕੱਢੀ ਆਪਣੀ ਪਾਰਟੀ ਉਹਦੇ ਵਿੱਚੋਂ ਧਰਨਿਆਂ ਵਿੱਚੋਂ, ਇਹ ਨਿਕਲੀ ਹੈ ਪਾਰਟੀ ਆਪਣੇ ਖੂਨ ਦੇ ਕੇ, ਆਪਣੇ ਸਰੀਰ ਵਰ ਕੇ, ਆਪਣੀਆਂ ਕੁਰਬਾਨੀਆਂ ਦੇ ਕੇ, ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿੱਖਾਂ ਦੇ ਸਿਰ ਦੀ ਪਾਰਟੀ ਹੈ। ਇਹਨੂੰ ਜੇ ਕੋਈ ਆਂਚ ਆਵੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਸਾਰੇ ਰਲ ਕੇ ਭਾਵੇਂ ਵੋਟਾਂ ਸਾਡੀਆਂ 20,000 ਨਿਕਲਣ, ਭਾਵੇਂ 15,000 ਨਿਕਲਣ, ਭਾਵੇਂ 30,000 ਨਿਕਲਣ, ਭਾਵੇਂ 10,000 ਨਿਕਲਣ, ਜੇਕਰ ਅਸੀਂ ਇੱਥੋਂ ਕਦੀ ਪੈਰ ਪਿੱਛੇ ਨਹੀਂ ਪੱਟਾਂਗੇ। ਅਸੀਂ ਬੀਬੀ ਸੁਰਜੀਤ ਕੌਰ ਦੇ ਪਰਿਵਾਰ ਦੇ ਨਾਲ ਹੈ ਔਰ ਸੁਰਜੀਤ ਕੌਰ ਨੂੰ ਬੇਨਤੀ ਹੈ, ਤੂੰ ਚਿੰਤਾ ਨਹੀਂ ਕਰਨੀ, ਬਸ ਘਰ ਘਰ ਜਾ ਕੇ ਵੋਟਾਂ ਮੰਗੋ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਔਰ ਦਿਨ ਰਾਤ ਅਸੀਂ ਤੁਹਾਡੀ ਪਹਿਰੇਦਾਰੀ ਕਰਾਂਗੇ। ਸਾਰੇ ਅਸੀਂ ਜਿਹੜੇ ਬੈਠੇ ਹਾਂ, ਸਰਦਾਰ ਬਿੰਦਰ ਸਿੰਘ ਜੀ ਹੁਸੈਨਪੁਰੀ ਬੈਠੇ ਨੇ, ਬਡਾਲਾ ਸਾਹਿਬ, ਸਰਦਾਰ ਸਰਵਨ ਸਿੰਘ ਜੀ ਫਲੌਰ ਸਾਹਿਬ, ਹੁਣ ਤੁਹਾਨੂੰ ਇਹ ਕੁਝ ਵਿਚਾਰ ਇਹ ਕਰਨਗੇ ਕਿਉਂਕਿ ਸਾਰਾ ਸਮਾਂ ਮੈਂ ਲਾ ਲਿਆ, ਲੰਬਾ ਸਮਾਂ ਲੱਗੇਗਾ। ਸਾਨੂੰ ਆਸ ਹੈ ਕਿ ਅੱਜ ਲੋਕ ਸਾਡੇ ਨਾਲ ਖੜ੍ਹੇ ਹੈ, ਪੱਛਮੀ ਜਲੰਧਰ ਦੇ ਵੀ ਔਰ ਬਾਹਰੋਂ ਵੀ, ਬਹੁਤ ਦੁਨੀਆਂ ਨੇ ਇਸ ਗੱਲ ਦਾ ਕੀਤਾ ਕਿ ਦੇਖਿਓ ਕਿਤੇ ਬੈਠਣਾ ਜਾਇਓ, ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਿਸ਼ਾਨਾ ਮਿਟਾ ਦਿਓ, ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਝੂਲਦੇ ਰਹਿਣੇ ਚਾਹੀਦੇ ਔਰ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਅੱਜ ਅਸੀਂ ਪੰਥ ਦੇ ਜੇ ਝੰਡੇ ਚਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਐਸਪੀ ਦੇ ਉਮੀਦਵਾਰ ਉਹ ਕਹਿੰਦੇ ਜਦੋਂ ਮੈਂ ਨੋਮੀਨੇਸ਼ਨ ਭਰਨ ਜਾਣਾ ਸੀ, ਉਸ ਤੋਂ 1 ਘੰਟਾ ਪਹਿਲਾਂ ਜਿਹੜੀ ਕਿ ਬਾਦਲ ਸਾਹਿਬ ਦੀ ਗੱਲ ਜਿਹੜੀ ਹੈ ਗੜੀ ਸਾਹਿਬ ਨਾਲ ਹੋਈ ਸੀ, ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਤੁਹਾਨੂੰ ਸਮਰਥਨ ਦੇ ਰਹੇ ਹਾਂ ਅਤੇ ਉਹ ਗੱਲ ਸਾਫ਼ ਹੋ ਗਈ ਸੀ, ਲੇਕਿਨ ਉਸ ਤੋਂ ਬਾਵਜੂਦ ਲੋਕਲ ਲੀਡਰਸ਼ਿਪ ਜਿਹੜੀ ਕੀ ਹੈ ਨੋਮੀਨੇਸ਼ਨ ਫਾਈਲ ਕਰਕੇ ਆਈ ਹੈ, ਕਿਉਂ? ਸਾਡੇ ਕੋਲ ਨੋਮੀਨੇਸ਼ਨ ਪੇਪਰ ਦੇ ਕਰਕੇ ਸਾਡੇ ਕੋਲ ਸਿੰਪਲ ਆ ਗਿਆ, ਸਾਡੇ ਕੋਲ ਟਿਕਟਾਂ ਹੀ ਨਾਲੇ ਸੀ, ਗੜੀ ਉਹਨਾਂ ਦੀ ਮੰਨਣੀ ਹੈ ਜੀ। 4 ਮਹੀਨੇ ਪਹਿਲਾਂ ਉਹ ਸਾਡੇ ਖਿਲਾਫ਼ ਇੰਨੇ ਸ਼ਬਦ ਬੋਲਦੇ ਰਹੇ, ਬਾਦਲ ਸਾਹਿਬ ਦੇ ਖਿਲਾਫ਼ ਬੋਲਦੇ ਰਹੇ, ਅਕਾਲੀ ਦਲ ਦੇ ਖਿਲਾਫ਼ ਬੋਲਦੇ ਰਹੇ, ਉਹ ਕਹਿੰਦੇ ਸੀ ਸਾਨੂੰ ਧੋਖਾ ਦਿੱਤਾ। ਅੱਜ ਉਹ 1 ਘੰਟਾ ਪਹਿਲਾਂ ਕਹਿੰਦੇ, ਨੋਮੀਨੇਸ਼ਨ ਤੋਂ 1 ਘੰਟਾ ਪਹਿਲਾਂ, ਅਤੇ 1 ਘੰਟਾ ਪਹਿਲਾਂ ਤੁਹਾਨੂੰ ਦਿੱਤਾ ਅਤੇ ਇਹਦੇ ਨਾਲ ਪਾਰਟੀ ਦੀ ਅਲਾਇੰਸ ਹੋ ਜਾਂਦੀ ਹੈ।
ਜਿਹੜਾ ਸਾਨੂੰ ਉਹਨਾਂ ਨੇ ਸਿੰਬਲ ਭੇਜਿਆ, ਸਾਨੂੰ ਟਿਕਟ ਭੇਜੀ ਹੈ, ਅਸੀਂ ਕਿਸੇ ਦੀ ਗੱਲ ਕਿਉਂ ਸੁਣੀਏ ਜੀ? ਅਸੀਂ ਕਿਉਂ ਸੁਣੀਏ? ਪ੍ਰਧਾਨ ਸਾਹਿਬ ਨੇ ਕਿਸ ਤਰ੍ਹਾਂ ਕਹਿਤਾ ਕਿ ਅਸੀਂ ਕੀਤਾ? ਜੇ ਉਹਨਾਂ ਕਿਹਾ ਸੀ ਸਾਨੂੰ ਕਹਿੰਦੇ ਕਿ ਪੇਪਰ ਫਾਈਲ ਨਾ ਕਰੋ। ਬਹੁਤਾ ਸੀਰੀਅਸ ਨਾ ਲਿਆ ਕਰੋ, ਉਹਨਾਂ ਨੇ ਵੀ ਕੁਛ ਕਹਿਣਾ ਹੀ ਹੈ, ਉਹ ਜਿੱਤੇ ਹੈ ਮੁਬਾਰਕ ਬਸ। ਉਹਨੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹਾਲਤ ਦੇ ਉੱਤੇ ਹੁਣ ਟਿੱਪਣੀ ਕੀਤੀ ਹੈ, ਉਹਨਾਂ ਨੇ ਕਿਹਾ ਕਿ ਤੱਕੜੀ ਕਿਸੇ ਹੋਰ ਕੋਲ ਹੈ ਤੇ ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ 'ਚ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਭੇਡ ਬੱਕਰੀਆਂ ਸਮਝ ਕੇ ਰੱਖਿਆ ਹੋਇਆ, ਰੱਬ ਬੜਾ ਬਲਵਾਨ ਹੈ ਕਿ ਤੁਸੀਂ ਬਸਪਾ ਦੇ ਲਈ ਜਿਹੜਾ ਚੁਣਾਵ ਪ੍ਰਚਾਰ ਕਰੋਗੇ, ਹੁਣ ਇਹਨੂੰ ਕਿਵੇਂ ਦੇਖੋ? ਅਸੀਂ ਹੋਰ ਕਰਾਂਗੇ, ਅਸੀਂ ਤੇ ਸ਼੍ਰੋਮਣੀ ਅਕਾਲੀ ਦਲ ਹੀ ਕਰਾਂਗੇ, ਅਸੀਂ ਤੇ ਤੱਕੜੀ ਜਿਹੜੀ ਸਾਡੀ ਜਿੰਦ ਜਾਨ ਸ਼੍ਰੋਮਣੀ ਅਕਾਲੀ ਦਲ ਹੈ, ਅਸੀਂ ਉਹਦੇ ਲਈ ਪ੍ਰਚਾਰ ਕਰਾਂਗੇ। ਬਾਦਲ ਸਾਹਿਬ ਨੇ ਜੇ ਗਲਤੀ ਕੀਤੀ ਹੈ ਆਪੇ ਲੋਕਾਂ ਨੂੰ ਪਤਾ ਲੱਗ ਜਾਏਗਾ। ਮੈਂ ਤੇ ਦੇਖੋ ਜੀ, ਇਹਨਾਂ ਅਸੂਲਾਂ ਦੀ ਹੈ ਕਿ ਗਿਆਨੀ ਪੂਰਨ ਸਿੰਘ ਜੀ ਨੇ ਬਤੌਰ ਜਥੇ ਅਕਾਲ ਤਖ਼ਤ ਗਲਤੀ ਕੀਤੀ ਸੀ, ਮੈਂ ਤਾਂ ਉਦੋਂ ਵੀ ਨਹੀਂ ਸੀ ਮੰਨੀ। ਪ੍ਰਧਾਨ ਗਲਤੀ ਕਰੇਗਾ ਅਸੀਂ ਨਹੀਂ ਮੰਨਣਾ, ਅਸੀਂ ਤੇ ਮੰਨਣਾ ਸ਼੍ਰੋਮਣੀ ਅਕਾਲੀ ਦਲ ਨੂੰ, ਅਸੀਂ ਮੰਨਣਾ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਨੂੰ, ਉਹਦੀ ਸੋਚ ਨੂੰ, ਉਹਦੀ ਵਿਚਾਰਧਾਰਾ ਨੂੰ। ਇਸੇ ਕਰਕੇ ਜੇ ਮਜ਼ਾਕ ਬਣਾ ਦਿੱਤਾ ਫੜ ਕੇ, ਤਾਂ ਹੀ ਤੇ ਲੋਕ ਸਾਰੇ ਜਿਹੜੇ ਕਹਿੰਦੇ ਹੈ ਕਿ ਪ੍ਰਧਾਨ ਸਾਹਿਬ ਜਿਹੜੇ ਕੁਰਸੀ ਛੱਡੇ, ਕਿਉਂ ਕਹਿੰਦੇ ਹੈ ਇਹਨਾਂ ਗੱਲਾਂ ਕਰਕੇ? ਅੱਛਾ, ਇਹ ਚੀਜ਼ਾਂ ਵੀ ਕਲੀਅਰ ਹੋ ਰਹੀਆਂ, ਕਹਿੰਦੇ ਕਿ ਪਾਰਟੀ ਕੱਢ ਦੇਣ ਤੋਂ ਤਾਂ ਪਹਿਲਾਂ ਹੀ ਗੱਲ ਕੀਤੀ ਗਈ ਸੀ ਕਿ ਪਾਰਟੀ ਟਿਕਟ ਵਾਪਸ ਲੈਣ ਨੂੰ ਵੀ ਕਹਿ ਸਕਦੀ ਹੈ, ਉਹ ਕਹਿੰਦੇ ਕਲੈਰਿਟੀ ਪਹਿਲਾਂ ਹੀ ਸੀ। ਨੋ, ਕੋਈ ਕਲੈਰਿਟੀ ਨਹੀਂ ਸੀ, ਉਹਨਾਂ ਨੇ ਕਿਹਾ ਸੀ ਤੁਸੀਂ ਸਾਰੇ ਸਲਾਹ ਕਰ ਲਓ, ਜੇ ਸਾਰੇ ਮੰਨਦੇ ਸੀ। ਇਕੱਲੇ ਇਕੱਲੇ ਨੂੰ ਪੁੱਛਿਆ, ਸਿਰਫ ਦੋ ਬੰਦਿਆਂ ਨੇ ਕਿਹਾ ਸੀ, ਈਵਨ ਕੇਪੀ ਸਾਹਿਬ ਨੇ ਕਿਹਾ ਨਹੀਂ ਬਿਲਕੁਲ ਨਹੀਂ ਸੀ ਸਮਝੌਤਾ ਕਰਨਾ, ਸੁੱਖੀ ਡਾਕਟਰ ਸੁੱਖੀ ਨੇ ਕਿਹਾ ਨਹੀਂ ਸਮਝੌਤਾ ਕਰਨਾ। ਸਾਨੂੰ ਇਹ ਥੋੜ੍ਹਾ ਕਿਹਾ ਸੀ, ਉਹਨਾਂ ਕਿਹਾ ਸੀ ਜੇ ਉਹ ਕਹਿਣ ਤੇ ਆਪਾਂ ਫਿਰ, ਅਸੀਂ ਕਿਹਾ ਜੀ ਇਹਦਾ ਮਤਲਬ ਆਪਾਂ ਭੱਜਣਾ ਹੀ ਚਾਹੁੰਦੇ ਹਾਂ, ਜੇ ਭੱਜਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ, ਅਸੀਂ ਕਿਉਂ ਭੱਜੀਏ ਜੀ? ਸਾਨੂੰ ਨਾ ਦਿੰਦੇ ਟਿਕਟ, ਨਾ ਭੇਜਦੇ ਆਪਣੇ ਸਿੰਪਲ ਵਾਸਤੇ ਪੇਪਰ। ਦੇਖੋ ਜੀ, ਅਸੀਂ ਤੇ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ, ਸਾਰੇ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ, ਸਾਰੇ ਸਿੱਖ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ, ਔਰ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ, ਔਰ ਜੋ ਦਰਦ ਰੱਖਦਾ ਇੱਕ ਗਰੀਬ ਪਰਿਵਾਰ ਦੇ ਨਾਲ ਦਰਦ ਰੱਖਦਾ, ਜੋ ਸ਼੍ਰੋਮਣੀ ਅਕਾਲੀ ਦਲ ਨਾਲ ਦਰਦ ਰੱਖਦਾ, ਜਿਹੜਾ ਸਮਝਦਾ ਕਿ ਇਹ ਪਾਰਟੀ ਕੁਰਬਾਨੀਆਂ 'ਚੋਂ ਨਿਕਲੀ ਪਾਰਟੀ ਹੈ, ਇਹ ਸ਼ਹੀਦਾਂ ਦੀ ਪਾਰਟੀ ਹੈ, ਇਹਨੂੰ ਅਸੀਂ ਉੱਚਾ ਝੰਡਾ ਰੱਖੀਏ। ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹਾਂ, ਭਾਵੇਂ ਉਹ ਕੋਈ MP ਹੋਵੇ, ਭਾਵੇਂ ਕੋਈ MLA ਹੋਵੇ, ਭਾਵੇਂ ਕੋਈ ਵਰਕਰ ਹੋਵੇ, ਭਾਵੇਂ ਕੋਈ ਸਧਾਰਨ ਜਿਹੜਾ ਵੋਟਰ ਹੋਵੇ, ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹਾਂ। ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ, ਟਿਕਟ ਦੇ ਕੇ ਇਸ ਤਰ੍ਹਾਂ ਵਾਪਸ ਲਾਸਟ ਟਾਈਮ ਤੇ ਲੈ ਦਿੱਤੀ ਜਾਵੇ? ਸਾਡੇ ਪ੍ਰਧਾਨ ਜੀ ਨਵੇਂ ਇਤਿਹਾਸ ਸਿਰਜਦੇ ਹੁੰਦੇ ਆ, ਕਿਉਂਕਿ ਉਹਦਾ ਕੰਮ ਹੈ, ਉਹਦਾ ਕੰਮ ਹੈ ਕਿ ਹਰ ਚੀਜ਼ ਵਿੱਚ ਇਤਿਹਾਸ ਬਣਾਉਣਾ। ਇਹ ਕੰਮ ਹੀ ਸੀ ਨਾ ਕਿ 2000 ਵੋਟਾਂ ਪਈਆਂ ਅੱਗੇ, ਇਹਦਾ ਕੰਮ ਹੀ ਸੀ ਪੰਜਾਬ ਸਾਰੇ ਪੰਜਾਬ ਬਚਾਓ ਯਾਤਰਾ ਕੱਢੀ ਤੇ ਕਿਸੇ ਹਲਕੇ ਦੇ ਵਿੱਚੋਂ 2-4 ਹਜ਼ਾਰ ਤੋਂ ਵੋਟ ਨਹੀਂ ਵੱਧ ਨਿਕਲੀ। ਇਹ ਉਹਨਾਂ ਦੀ ਕਾਰਵਾਈ ਸੀ, ਉਹਨਾਂ ਦੀ ਕਰਾਮਾਤ ਹੀ ਹੈ ਨਾ ਕਿ ਸਾਰੇ ਹਲਕਿਆਂ 'ਚ ਜਮਾਤਾਂ ਜਬਤ ਹੋਈਆਂ। ਉਹਨਾਂ ਨੂੰ ਆਪਣਾ ਇਤਿਹਾਸ ਬਣਾਉਣ ਦਿਓ, ਚਿੰਤਾ ਨਾ ਕਰੋ ਪੋਤੀ। ਜਿਹੜੀ ਹੈ ਤੁਹਾਡੀ ਛੋਟੇ ਭਰਾ ਵਜੋਂ ਤੁਹਾਡੇ ਨਾਲ ਸੀਗੀ, ਭਾਵਨਾਵਾਂ ਦੇ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ, ਔਰ ਜੇ ਅਸੀਂ ਖਿਲਵਾੜ ਨਾ ਕਰੀਏ ਤੇ ਲੋਕ ਸਾਡੇ ਨਾਲ ਆਉਣਗੇ? ਇਹੋ ਜਿਹੀਆਂ ਗੱਲਾਂ ਤੋਂ ਲੋਕ ਦੂਰ ਹੁੰਦੇ ਆ, ਹੋਰ ਕੀ ਹੈ?